मेरी गल सुनो जी, हाँ जी सुनाओ जी। मैनू ना बीर जी का फोन आया सी। की कहने, सारे ठीक ठाक ने? हाँ जी, हैगे तो सारे ठीक ठाक ने। दरअसल ना उन्हां दा हाथ टाइट आ ते अजकल उन्हां दा काम भी मंदा चल रहा। अच्छा, यानी कि फिर तेरे वीर ने तेरे तो पैसे मंगे ने। जे मंगे ने ना साफ साफ जवाब दे दी, उन्होंने कह दी घर अंदरला भी नहीं है पैसे देने नू। ओ रुक जाओ अगे ही अगे वधी जाने हो। मेरे वीर ने ना कोई पैसे पूहे नहीं मंगे थो तो। फिर थोनू पता ना अपनी एक धूरी मेन रोड ते जगह एड़ी? ओ हाँ, सच याद आया। फिर वीर जी मैनू कहंदे भी ओ जगह ना उन्होंने बेचनी आ। ओ फिर बेच लैन दे, तैनू की। तुसी ना एक्चुअली गल नहीं समझे, ओ जेड़ी जगह ना ओ मेरे ते वीर जी दे नाम ते आ। ओके फिर की? फिर करी जाने हो। वीर जी ने ना वो जगह बेचती आ ते ओदी हैगी हुण रजिस्ट्री, ते रजिस्ट्री ते फिर मेरे भी साइन चाहिए ने जदों जगह मेरे नाम सी, ते आपां ना हुण ओ साइन करन जाना। अच्छा, पैसे चाहिए ने? फिर तेरे वीर जी तैनू की देणगे? मैनू की देना? मैनू नहीं कुछ चाहिए, रब की कृपा नाल ना अपने घर सब कुछ आ। ਲੈ ਐਂ ਕਿਵੇਂ ਨਹੀਂ ਚਾਹੀਦਾ? ਦੇਖ ਤੇਰਾ ਹਿੱਸਾ ਉਹ ਤਾਂ ਲੈਣਾ ਬਣਦਾ ਹੀ ਹੈ। ਨਹੀਂ ਨਹੀਂ, ਆਪਾਂ ਨੂੰ ਨਹੀਂ ਕੁਛ ਚਾਹੀਦਾ, ਨਾਲੇ ਆਪਣੇ ਨਾਲੋਂ ਵੱਧ ਲੋੜ ਨਾ ਵੀਰ ਜੀ ਨੂੰ ਆ। ਦੇਖੋ ਜੀ, ਇੱਕ ਤਾਂ ਉਹਨਾਂ ਦਾ ਕੰਮ ਨਹੀਂ ਚੱਲਦਾ ਅਤੇ ਜੇ ਆਪਾਂ ਉਹਨਾਂ ਦੀ ਮਦਦ ਕਰ ਦਾਂਗੇ ਇਹ 'ਚ ਗਲਤ ਕੀ ਆ? ਗਲਤ? ਗਲਤ ਤਾਂ ਛੱਲੀ ਸਾਰਾ ਕੁਛ ਹੀ ਹੈ। ਹੱਦ ਆ ਤੁਹਾਡੀ, ਮੈਨੂੰ ਤਾਂ ਵੀਰ ਜੀ ਨੇ ਪੁੱਛਿਆ ਸੀ ਪਰ ਮੈਂ ਹੀ ਮਨਾ ਕਰਤਾ ਵੀ ਆਪਾਂ ਨੂੰ ਨਹੀਂ ਕੁਛ ਚਾਹੀਦਾ, ਨਾਲੇ ਇੱਕ ਸਾਈਨ ਤਾਂ ਹੈਗੇ ਨੇ ਆਪਾਂ ਕਰਕੇ ਆ ਜਾਂਗੇ। ਦੇਖ ਸ਼ੈਲੀ, ਤੇਰੇ ਦਸਤਖਤ ਕਿਤੇ ਵੀ ਇਹਨਾਂ ਦਾ ਜ਼ਮੀਨ ਵਿਕਣੀ ਕੋਈ ਨਹੀਂ, ਕਿਉਂਕਿ ਉਹਦੇ 'ਚ ਹਿੱਸਾ ਤੇਰਾ ਬਣਦਾ ਅਤੇ ਤੂੰ ਆਪਦਾ ਹਿੱਸਾ ਨਹੀਂ ਲਏਂਗੀ, ਨਾਲੇ ਫਿਰ ਸਾਈਨ ਕਿਹਦੇ ਨਾਲ ਜਾ ਕੇ ਕਰਕੇ ਆਏਂਗੀ? ਮੇਰੀ ਗੱਲ ਸੁਣ ਸ਼ੈਲੀ, ਹਿੱਸਾ ਤਾਂ ਨਹੀਂ ਮੈਂ ਤੈਨੂੰ ਛੱਡਣ ਦਿੰਦਾ, ਹਿੱਸਾ ਤਾਂ ਮੈਂ ਲੈ ਕੇ ਰਹੂੰ, ਬਾਕੀ ਤੂੰ ਖੁਦ ਸਮਝਦਾਰ ਹੈ। ਮੇਰੀ ਗੱਲ ਸੁਣੋ ਜੀ, ਆਪਾਂ ਨੂੰ ਨਹੀਂ ਕੁਛ ਚਾਹੀਦਾ, ਨਾਲੇ ਐਂ ਦੱਸੋ ਆਪਾਂ ਨੂੰ ਕਿਹੜੀ ਚੀਜ਼ ਦੀ ਕਮੀ ਆ, ਕਿਹੜੀ ਚੀਜ਼ ਦੀ ਘਾਟ ਆ ਜਿਹੜੀ ਮੈਂ ਪਿੱਛੇ ਝਾਕ ਰੱਖਾਂ? ਮੈਨੂੰ ਤਾਂ ਐਂ ਸੀ ਤੂੰ ਸਮਝ ਜਾਏਗੀ, ਪਰ ਤੂੰ ਸਮਝਣ ਦੀ ਜਗ੍ਹਾ 'ਤੇ ਹੁਣ ਤੈਨੂੰ ਮੈਂ ਸਮਝਾਉਂ ਆਪਣੇ ਤਰੀਕੇ ਨਾਲ। ਦੇਖ ਸ਼ੈਲੀ, ਜਗ੍ਹਾ ਤਾਂ ਤੈਨੂੰ ਮੈਂ ਦਵਾ ਕੇ ਛੱਡੂ, ਤੇ ਅੱਜ ਤੱਕ ਦੇਖਿਆ ਕੋਈ ਜਿਹਨੇ ਆਪਦੇ ਹਿੱਸੇ 'ਚ ਆਉਂਦੀ ਚੀਜ਼ ਛੱਡੀ ਹੋਵੇ? ਹਰੇਕ ਬੰਦਾ ਨਾ ਜੋੜਨ ਵਾਸਤੇ ਕਮਾਉਂਦਾ ਤਾਂ ਕਿ ਉਹ ਜਗ੍ਹਾ ਬਣਾ ਸਕੇ, ਤੇ ਤੂੰ ਬਣੀ ਬਣਾਈ ਜਗ੍ਹਾ ਹੀ ਛੱਡੀ ਜਾਂਦੀ ਹੈ। ਉਹ ਸ਼ੈਲੀ, ਉਹ ਤੂੰ ਗੱਲ ਨੂੰ ਸਮਝ, ਐਂ ਸੈਨ ਨਹੀਂ ਕਰਨੇ, ਐਂ ਸਿਰਫ ਇਕੱਲਾ ਮੂੰਹ ਹੀ ਹਿਲਾਉਣਾ ਵੀ ਵੀਰੇ ਮੈਨੂੰ ਮੇਰਾ ਹਿੱਸਾ ਚਾਹੀਦਾ, ਤੇ ਤੂੰ ਕੰਮ ਲਈ ਆ ਰਹੀ ਚੀਜ਼ ਨੂੰ ਵੀ ਮਨਾ ਕਰੀ ਜਾਂਦੀ ਹੈ। ਪਰ ਤੁਸੀਂ ਵੀ ਤਾਂ ਸਮਝ ਨਹੀਂ ਰਹੇ, ਵੀਰ ਜੀ ਦਾ ਹੱਥ ਬਹੁਤ ਟਾਈਟ ਆ, ਉਹਨਾਂ ਦੀ ਰੋਟੀ ਵੀ ਮਸਾ ਮਸਾ ਚੱਲ ਰਹੀ ਆ, ਤਾਂ ਤਾਂ ਉਹ ਜਗ੍ਹਾ ਕੱਢ ਰਹੇ ਨੇ। ਉਹ ਚੱਲ ਮੈਂ ਤੇਰੀ ਸਾਰੀ ਗੱਲ ਮੰਨਦਾ, ਪਰ ਤੂੰ ਉਹਨਾਂ ਨੂੰ ਇੱਕ ਸਲਾਹ ਦੇ ਕਿ ਉਹ ਨਾ ਆਪਦਾ ਬਣਦਾ ਹਿੱਸਾ ਹੀ ਵੇਚਣ, ਤੇਰੇ ਬਣਦੇ ਹਿੱਸੇ ਕੰਨੀ ਉਹ ਝਾਕਣ ਵੀ ਨਾ। ਉਹ ਯਾਰ ਮੈਂ ਤੇਰੇ ਦੇ ਹੈਰਾਨ ਆ, ਇਹ 'ਚ ਸੋਚਣ ਵਾਲੀ ਕੀ ਗੱਲ ਹੈ? ਕੱਲ੍ਹ ਕਲਾਂ ਨੂੰ ਬਾਈ ਚਾਂਸ ਆਪਣਾ ਹੱਥ ਟਾਈਟ ਹੋ ਜੇ, ਆਪਾਂ ਕਿਸੇ ਤੋਂ ਕੀ ਮੰਗਦੇ ਫਿਰਾਂਗੇ? ਆਪਣੇ ਲਵੇ ਵੀ ਜਗ੍ਹਾ ਪਈ ਹੈ, ਆਪਾਂ ਵੀ ਵੇਚ ਕੇ ਸਖਾਲੇ ਹੋ ਜਾਵਾਂਗੇ। ਅੱਛਾ, ਐਂ ਦੱਸੋ ਜੋ ਮੇਰੇ ਹਿੱਸੇ ਵਿੱਚ ਆਉਂਦਾ ਜੇ ਮੈਂ ਤੁਹਾਨੂੰ ਉਹ ਦਵਾ ਦਾਂ ਫਿਰ? ਉਹ ਫਿਰ ਕੀ, ਆਉਣ ਵਾਲਾ ਸਮਾਂ ਆਪਣਾ ਹੀ ਵਧੀਆ ਹੋਊ। ਇੰਨੇ ਕੁ ਪੈਸਿਆਂ ਨਾਲ ਆਪਣਾ ਆਉਣ ਵਾਲਾ ਸਮਾਂ ਵਧੀਆ ਹੋ ਜੂ, ਇਹ ਤਾਂ ਕਮਾਲ ਦੀ ਗੱਲ ਆ। ਚੱਲੀ ਮੈਂ ਤੇਰੀ ਗੱਲ ਮੰਨਦਾ, ਭਾਵੇਂ ਨਾ ਪੈਸੇ ਘੱਟ ਨੇ ਪਰ ਇਹ ਆਪਣੇ ਆਉਣ ਵਾਲੇ ਟਾਈਮ 'ਚ ਮਦਦ ਜ਼ਰੂਰ ਕਰਨਗੇ। ਨਹੀਂ ਰਾਜ, ਇਹੋ ਜਿਹੇ ਪੈਸਿਆਂ ਦਾ ਕੋਈ ਫਾਇਦਾ ਨਹੀਂ। ਉਹ ਕੰਮ ਲਈਏ, ਤੇਰਾ ਦਿਮਾਗ ਤਾਂ ਸੈੱਟ ਹੈ, ਤੂੰ ਘਰੇ ਆਉਂਦੀ ਲੱਛਮੀ ਨੂੰ ਕਿਉਂ ਨਾ ਕਰੀ ਜਾਂਦੀ ਹੈ? ਨਾਲੇ ਮੈਂ ਕਿਵੇਂ ਮੰਗ ਲਾਂ, ਉਹ ਵੀ ਕਹਿਣਗੇ ਵੀ ਸ਼ੈਲੀ ਸੈਟਲ ਹੁੰਦੇ ਹੋਏ ਵੀ ਇੱਧਰ ਚਾਕ ਰੱਖਦੀ ਆ। ਤੇਰਾ ਨਹੀਂ ਕੁਛ ਹੋ ਸਕਦਾ। ਚਲੋ ਠੀਕ ਆ, ਤੁਸੀਂ ਕਹਿੰਦੇ ਹੋ ਨਾ ਮੈਂ ਵੀਰੇ ਨਾਲ ਗੱਲ ਕਰਾਂ,
मैं बीरे नाल भी गल कर लूँ ते ओ तो आपदा बनदा हिस्सा भी ले आऊँ। जे ओ रुस दिया रुस जान दे, क्योंकि मेरे लिए तां थोड़ा खुश होना ज़्यादा जरूरी आ। शुक्र है शैली, तू गल समझ गई। हाँ हाँ, जिवें तुसीं मैनूं समझाया सी मैनूं सारी गल समझ आ गई। फिर तो अपने लवे भी एक प्रॉपर्टी आ, उहदे भी तीन हिस्से पैणगे। ਆਏ ਕਿਵੇਂ ਪੈਣਗੇ ਤਿੰਨ ਹਿੱਸੇ? ਮੈਂ ਹੱਸਦਾ ਤੁਹਾਡੀ, ਤੁਸੀਂ ਮੈਨੂੰ ਤਾਂ ਹੁਣੇ ਇੰਨਾ ਸਮਝਾ ਕੇ ਹਟਿਓ ਤੇ ਆਪ ਕੋ ਸਮਝੀ ਨਹੀਂ। ਤਾਂ ਮਤਲਬ ਕੀ ਹੈ ਕਹਿਣ ਦਾ? ਮਤਲਬ ਇਹ ਜਿਵੇਂ ਉਹ ਜਗ੍ਹਾ ਵਿੱਚ ਮੇਰਾ ਤੇ ਮੇਰੇ ਭਾਈ ਦਾ ਹਿੱਸਾ, ਓਵੇਂ ਆਪ ਪ੍ਰੋਪਰਟੀ ਵਿੱਚ ਨਾ ਤੁਹਾਡੇ ਭਾਈ ਤੇ ਤੁਹਾਡੀ ਭੈਣ ਦਾ ਵੀ ਹਿੱਸਾ। ਐਵੇਂ ਭੈਣ ਦਾ? ਇਹ ਨਾ ਸਾਡੇ ਦੋਵੇਂ ਭਾਈਆਂ ਦਾ। ਰਹੀ ਭੈਣ ਦੀ ਗੱਲ, ਉਹ ਨਾ ਰੱਜੇ ਪੁੱਜੇ ਘਰੇ ਵਿਆਹੀ ਹੋਈ ਹੈ, ਨਾਲੇ ਜਿੰਨਾ ਅਸੀਂ ਕਰਦੇ ਹਾਂ ਨਾ ਉਨਾ ਕੋਈ ਹੋਰ ਕਰ ਨਹੀਂ ਸਕਦਾ। ਫਿਰ ਜੀ ਇਹੀ ਤਾਂ ਗੱਲ ਆ ਨਾ, ਜਿੱਥੋਂ ਜਿੰਨਾ ਸਰਦਾ ਓਨਾ ਹੀ ਕਰਦਾ। ਨਾਲੇ ਰਹੀ ਦੀਦੀ ਦੀ ਗੱਲ, ਕੀ ਪਤਾ ਤੁਹਾਡੇ ਜੀਜੇ ਜੀ ਵੀ ਦੀਦੀ ਨੂੰ ਐਵੇਂ ਤੰਗ ਕਰਨ ਜਿਵੇਂ ਤੁਸੀਂ ਮੈਨੂੰ ਕਰਦੇ ਹੋ। ਹੋ ਸਕਦਾ ਉਹ ਦੀਦੀ ਨੂੰ ਬੋਲਣ ਹੀ ਨਾ ਦੇਣ ਤੇ ਆਪ ਹੀ ਆ ਕੇ ਹਿੱਸਾ ਮੰਗ ਲੈਣ। ਫਿਰ ਤੁਸੀਂ ਕੀ ਕਰੋਗੇ? ਲੜੋਗੇ ਉਹਨਾਂ ਨਾਲ ਜਾਂ ਬੋਲਣਾ ਛੱਡ ਦੋਗੇ? ਕਿਉਂਕਿ ਉਹਨਾਂ ਨੇ ਤਾਂ ਇਹੀ ਕਹਿਣਾ ਵੀ ਤੇਰੀ ਭਰਜਾਈ ਲੈ ਕੇ ਆਈ ਆ, ਤੂੰ ਵੀ ਲੈ ਕੇ ਆ ਜਾ ਕੇ ਹਿੱਸਾ। ਨਹੀਂ ਸ਼ੈਲੀ, ਉਹ ਨਹੀਂ ਐਂ ਕਰ ਸਕਦੇ। ਤੂੰ ਜਮਾਂ ਸਹੀ ਕਿਹਾ ਸ਼ੈਲੀ, ਮੈਂ ਨਾ ਆਪਦੇ ਲਾਲਚ ਕਰਕੇ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਸੀ। ਇਹਨਾਂ ਜ਼ਮੀਨ ਜਾਇਦਾਦਾਂ ਵਿੱਚ ਕੁਛ ਨਹੀਂ ਰੱਖਿਆ, ਜੇ ਰੱਖਿਆ ਤਾਂ ਆਪਸੀ ਮਿਲਵਰਤਨ 'ਚ ਰੱਖਿਆ। ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ, ਉਹਨਾਂ ਨੇ ਜਿੱਥੇ ਸਾਈਨ ਕਰਵਾਉਣੇ ਨੇ ਕਰਵਾ ਲੈਣ, ਆਪਾਂ ਨੂੰ ਨਹੀਂ ਚਾਹੀਦਾ ਕੋਈ ਹਿੱਸਾ ਉੱਸਾ। वैसे तो तुहानू साडा इस वीडियो विच दिता होया मैसेज समझ लग ही गया होना। देखो जी सारे जने ना प्यार नाल रहा करो, इन्हां जमीना जायदादां विच ना कुछ नहीं रखा हैगा। साडी तो सारे नू यही बेनती आ कि खुश रहो, हसदे रहो, बसदे रहो ते प्यार नाल रहो। ते जेकर तुहानू साडी इह वीडियो वधिया लगी होवे तां इस नू लाइक शेयर ते कमेंट करके सानू जरूर दसो, ਤਾਂ ਕਿ ਅੱਗੇ ਤੋਂ ਅਸੀਂ ਉਸ ਟੋਪਿਕ ਦੇ ਵੀਡੀਓ ਬਣਾ ਸਕੀਏ। ਅਤੇ ਨਾਲੇ ਜਿਸਨੇ ਵੀ ਹਜੇ ਤੱਕ ਸਾਡਾ ਯੂਟਿਊਬ ਦੇ ਉੱਪਰ ਚੈਨਲ ਸਬਸਕ੍ਰਾਈਬ ਨਹੀਂ ਕਰਿਆ, ਸ਼ੈਲੀ ਰਾਜ ਫਿਲਮ ਦੇ ਨਾਮ ਦੇ ਉੱਪਰ ਹੈ, ਉਹ ਜ਼ਰੂਰ ਜਾ ਕੇ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ। ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ, ਉਹਨਾਂ ਨੂੰ ਜਿੱਥੇ ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ, ਉਹਨਾਂ ਨੂੰ ਜਿੱਥੇ ਜਿਹੜੇ ਕਾਗਜ਼ 'ਤੇ ਸਾਈਨ ਚਾਹੀਦੇ ਨੇ ਆਪਾਂ ਕਰਵਾ ਉਹ ਕਰਵਾ ਲਓ। ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ, ਉਹਨਾਂ ਨੂੰ ਜਿੱਥੇ ਜਿਹੜੇ ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ, ਉਹਨਾਂ ਨੂੰ ਜਿੱਥੇ ਜਿਹੜੇ ਕਾਗਜ਼ 'ਤੇ ਸਾਈਨ ਚਾਹੀਦੇ ਨੇ ਕਰਵਾ ਲੈਣ। ਆਪਾਂ ਨੂੰ ਚਾਹੀਦਾ ਕੋਈ ਹਿੱਸਾ ਉਸ ਆਪਾਂ ਨਾ ਸਵੇਰੇ ਚੱਲਦੇ ਹਾਂ ਸਾਜਰੇ,